ਟੇਲਰ ਰੋਡ 'ਤੇ ਵੈਸਟਰਨ ਯੂਨੀਅਨ ਦੀ ਜਿਹੜੀ ਸ਼ੋਪ ਸੀਗੀ ਉੱਥੇ ਦੋ ਵਿਅਕਤੀ ਆਏ ਜਿਹੜੇ ਮੋਟਰਸਾਈਕਲ 'ਤੇ ਸਵਾਰ ਸੀਗੇ, ਉਹ ਜਾ ਕੇ ਇਹਨਾਂ ਦੀ ਦੁਕਾਨ ਦੇ ਅੰਦਰ ਵੜੇ ਅਤੇ ਨਾਲ ਹੀ ਜਿਹੜਾ ਇਹਨਾਂ ਨਾਲ ਹੱਥੋਪਾਈ ਹੋਣਾ ਸ਼ੁਰੂ ਹੋ ਗਏ। ਉਸ ਤੋਂ ਬਾਅਦ ਹੱਥੋਪਾਈ ਹੁੰਦੇ ਬਾਹਰ ਆਏ ਅਤੇ ਜਿਹੜਾ ਇੱਕ ਵਿਅਕਤੀ ਦੇ ਉਹਨਾਂ ਨੇ ਜਿਹੜੇ ਚਾਕੂ ਦੇ ਨਾਲ ਹਮਲਾ ਕੀਤਾ ਅਤੇ ਇਸੇ ਦੌਰਾਨ ਹੀ ਉੱਥੇ ਪਬਲਿਕ ਇਕੱਠੀ ਹੋ ਗਈ ਅਤੇ ਉਹ ਦੋਨਾਂ ਨੇ ਦੌੜ ਲਿਆ, ਇੱਕ ਫਾਇਰ ਹੋਇਆ ਉੱਥੇ। ਜਿਹੜਾ ਪਤਾ ਲੱਗਿਆ ਜਿਹੜੀ ਮੁੱਢਲੀ ਪੁੱਛਗਿੱਛ ਤੋਂ ਕਿ ਜਿਹੜਾ ਦੇਸੀ ਕੱਟਾ ਸੀਗਾ ਉਹਦੇ ਨਾਲ ਇੱਕ ਫਾਇਰ ਹੋਇਆ। ਅਸੀਂ ਜਿਹੜਾ ਹੈਗੀ ਇਹਦੀ ਤਫਤੀਸ਼ ਕਰ ਰਹੇ ਹਾਂ, ਸਾਡੇ CIA ਦੀ ਟੀਮ, ਸਾਡੇ ACP ਇਨਵੈਸਟੀਗੇਸ਼ਨ ਜਿਹੜੀ ਹੈਗੀ ਆ ਉਹ ਤਫਤੀਸ਼ ਕਰ ਰਹੇ ਹਾਂ। ਜਲਦੀ ਜਿਹੜਾ ਹੈਗਾ ਅਸੀਂ ਨਹੀਂ, ਲੁੱਟ ਨਹੀਂ ਹੋਈ, ਮੈਂ ਦੱਸਿਆ ਲੁੱਟ ਨਹੀਂ ਨਹੀਂ, ਅਸੀਂ ਕਰ ਰਹੇ ਹਾਂ ਹਜੇ, ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਜਲਦੀ ਪੁਲਿਸ ਨਾਲ ਨੀਤੂ ਅੰਗ ਦਾ ਹਾਂਜੀ, ਮੇਰੇ ਹਸਬੈਂਡ ਹੈਗੇ ਆ ਭੁਪਿੰਦਰ ਕੁਮਾਰ, ਅਤੇ ਇਹਨਾਂ ਦੇ ਆਫਿਸ 'ਚ ਲੁੱਟਕਾਟ ਹੋਈ ਆ, ਮਾਰ ਕੁੱਟ ਕੇ ਇਹਨਾਂ ਨੂੰ ਲੈ ਕੇ ਗਏ ਸੁੱਖ ਸਾਗਰ ਹੋਸਪਿਟਲ। ਉਹ ਇੰਨੇ ਮਤਲਬ ਹੋਸਪਿਟਲ ਵਾਲੇ, ਮਤਲਬ ਇੱਦਾਂ ਕਹਿ ਲਓ ਨਾ ਵੀ ਪੂਰੀ ਉਹਨਾਂ ਨੇ ਮਾਨਵਤਾ ਨਾਲ ਡਿਨਾਈ ਤਾਂ ਕਰਤਾ, ਮਤਲਬ ਉਹਨਾਂ 'ਚ ਇੰਨੀ ਸੈਂਸ ਨਹੀਂ ਆ ਲੋਕਾਂ 'ਚ ਕਿ ਪਹਿਲਾਂ ਬੰਦੇ ਨੂੰ ਤਾਂ ਬਚਾ ਲਓ, ਉਹਨਾਂ ਨੂੰ ਆਹ ਪਿਆ ਜੀ ਇੱਥੇ ਨਹੀਂ ਹੋ ਸਕਦਾ, ਅਸੀਂ ਨਹੀਂ ਐਡਮਿਟ ਕਰ ਸਕਦੇ, ਇਹ ਹੈ ਕਿ ਅਸੀਂ ਐਡਮਿਟ ਨਹੀਂ ਕਰ ਸਕਦੇ ਹੈ। ਗੌਰਮੈਂਟ ਵੱਲੋਂ ਇਸ਼ੂ ਹੋ ਚੁੱਕਾ, ਖੁਦ ਮੋਦੀ ਜੀ ਨੇ ਕਹਿ ਚੁੱਕੇ ਹੈਗੇ ਆ ਕਿ ਅਸੀਂ ਪਹਿਲਾਂ ਬੱਚਾ ਬਾਅਦ 'ਚ ਕੱਢਿਆ ਜਾਏਗਾ। ਸਰ ਹੋਇਆ ਕਿ ਪਹਿਲਾਂ ਬੱਚਾ, ਬੰਦਾ ਦਾ ਬੱਚਾ ਤਾਂ ਹੋਏ ਨੂੰ ਕੀ ਲੈ ਕੇ ਕਰਨਾ ਤੁਸੀਂ, ਹੋਇਆ ਤਾਂ ਇਹੀ ਆ ਕਿ ਉਹਨਾਂ ਨੂੰ ਚਾਕੂ ਮਾਰ ਦਿੱਤੇ। ਸਰ ਇਹ ਆਮ ਦੁਕਾਨ ਦੇ ਵਿੱਚ ਆ ਕੇ, ਆਹ ਤਾਂ ਇੱਥੇ ਦਾ ਸਿਸਟਮ ਹੈਗਾ ਵਾ, ਪਹਿਲਾਂ ਦੱਸੋ ਸਰ ਇਹ ਮੈਨੂੰ ਨਹੀਂ ਪਤਾ, ਕਿਉਂਕਿ ਜਿਹੜਾ ਬੰਦੇ ਨੂੰ ਲੱਗੀ ਆ ਉਹ ਆਪ ਹੋਸ਼ਟ ਨਹੀਂ, ਉਹ ਕੀ ਬਿਆਨ ਦੇਗਾ ਮੈਨੂੰ ਆਹ ਦੱਸੋ। ਮੈਨੂੰ ਤਾਂ ਬਸ ਉਹ ਲੈ ਕੇ ਜਿਹੜਾ ਬੰਦਾ ਉਹਨਾਂ ਨੂੰ ਹੋਸਪਿਟਲ ਲੈ ਕੇ ਗਿਆ, ਉਹ ਸਿੱਧਾ ਮੈਨੂੰ ਹੋਸਪਿਟਲ ਲੈ ਕੇ ਗਿਆ ਕਿ ਆਹ ਹੋਇਆ, ਤਾਂ ਮੈਂ ਮੱਥਾ ਟਨਕਿਆ ਕਿ ਹੋਸਪਿਟਲ ਇਸ ਟਾਈਮ ਮੈਨੂੰ ਕਾਹਨੂੰ ਲੈ ਕੇ ਜਾ ਰਹੀ ਹੈ। ਉਹਨਾਂ ਨੂੰ ਚਾਕੂ ਉਹਨਾਂ ਦੇ ਪੇਟ 'ਚ ਮਾਰੇ ਆ, ਉਹਨਾਂ ਜਾਂ ਬਚਾਉਣ ਦੀ ਕੋਸ਼ਿਸ਼ ਕੀਤੀ, ਹੱਥ ਅੱਗੇ ਕੀਤਾ, ਉਹਨਾਂ ਦੀ ਬਾਂਹ 'ਤੇ ਬਹੁਤ ਜ਼ੋਰ ਦੀ ਚਾਕੂ ਮਾਰੇ। ਹਾਂਜੀ, ਆਫਿਸ ਲੁੱਟਣ ਹੀ ਆ ਰਹੇ, ਹੋਰ ਕੀ ਕਦਾ ਨਾ ਨਾ ਤੁਹਾਡਾ ਮਨੀ ਐਕਸਚੇਂਜ ਦਾ ਹੈਗਾ ਗਾਂਧੀ ਗਰਾਊਂਡ ਵੱਲ। ਕੀ ਨਾਮ ਕੀ ਭਾਜੀ ਦਾ? ਭੁਪਿੰਦਰ ਕੁਮਾਰ। ਕੁਮਾਰ ਕਹਿੰਦੇ ਹੋ ਆਪਣੇ ਆਪ ਨੂੰ ਪਿੱਛੇ ਨੇ ਭਾਜੀ ਦੇ ਨਾਲ ਦੇ ਨਾਲ ਹੀ ਬਾਰੇ ਕਰੋ। ਕਿੰਨੇ ਬੰਦੇ ਸੀ ਭਾਈ? ਦੋ ਬੰਦੇ ਸੀਗੇ, ਇੱਕ ਨੇ ਹੈਲਮਟ ਪਾਇਆ ਸੀ, ਇੱਕ ਨੇ ਮੂੰਹ ਰੁਮਾਲ ਬੰਨਿਆ, ਟੋਪੀ ਪਾਈ ਸੀ। ਅਤੇ ਹੌਲੀ ਉਮਰ ਦੇ ਮੁੰਡੇ ਕੋਈ ਜ਼ਿਆਦਾ ਨਹੀਂ ਆਪਾਂ ਕਹਿ ਸਕਦੇ, ਕਿਉਂਕਿ ਜਿਹੜਾ ਚਾਕੂ ਮਾਰਾ ਹੈ ਉਹਦੇ ਸਾਹਮਣੇ ਖੜਾ ਹੈ, ਬਿਲਕੁਲ ਪਤਲਾ ਜਿਹਾ। ਗੋਲੀਆਂ ਵੀ ਚਲਾਈਆਂ ਗਈਆਂ ਜੀ? ਇੱਕ ਚੱਲੀ ਆ ਗੋਲੀ, ਉਹ ਮੇਰੇ ਸਾਹਮਣੇ ਨਹੀਂ ਚੱਲੀ, ਪਹਿਲਾਂ ਹੀ ਚੱਲੀ, ਕਿਉਂਕਿ ਉਹਦੀ ਆਵਾਜ਼ ਸੁਣ ਕੇ ਤਾਂ ਅਸੀਂ ਬਾਹਰ ਆਏ, ਸੋਚਿਆ ਪਹਿਲਾਂ ਵੀ ਪਟਾਕਾ ਪਟੂਕਾ ਚੱਲਿਆ ਸੀ, ਉਹ ਵੀ ਇੱਥੇ ਕਦੀ ਅਸੀਂ ਗੱਲਬਾਤ ਸੁਣੀ ਨਹੀਂ। ਲੁੱਟ ਕਰਨ ਵਾਸਤੇ? ਲੁੱਟ ਕਰਨ ਵਾਸਤੇ ਲੁੱਟ ਦਾ ਪਤਾ ਨਹੀਂ ਸਰ, ਕਿਉਂਕਿ ਜਿਹੜਾ ਦੁਕਾਨ ਦਾ ਮਾਲਕ ਸੀਗਾ ਉਸ ਟਾਈਮ ਲੋਕ ਲਗਾ ਕੇ ਉਹ ਚਲਾ ਗਿਆ, ਅਤੇ ਉਹ ਨੈਕਸਟ ਟਾਈਮ ਹੋਸਪਿਟਲਾਈਜ਼ਡ, ਬਾਕੀ ਤਾਂ ਪੁਲਿਸ ਦੇ ਆਏ ਨੇ ਬੰਦੇ ਸਾਰੇ, ਉਹ ਚੈੱਕ ਕਰ ਰਹੇ ਨੇ, ਤਲਾਸ਼ੀ ਜਾ ਰਹੇ ਨੇ, ਚੈੱਕ ਕਰ ਰਹੇ ਨੇ। ਉਹਦੇ ਪੇਟ 'ਤੇ ਚਾਕੂ ਲੱਗਾ ਉਹਦੀ ਬਾਂਹ ਦੇ ਵਿੱਚ, ਗੋਲੀ ਚੱਲੀ ਸੀਗੀ ਉਹਦੇ ਵੱਲ, ਉਹ ਜਿਸ ਤਰ੍ਹਾਂ ਦੱਸ ਰਹੇ ਮੁੰਡੇ ਕਹਿੰਦੇ ਗੋਲੀ ਉਹਦੇ ਵੱਲ ਹੀ ਚੱਲੀ ਸੀ, ਪਰ ਉਹਦਾ ਬਚਾਓ ਗਿਆ। ਇੱਥੇ ਇੱਕ ਮੁੰਡਾ ਹੋਰ ਸੀਗਾ, ਉਹ ਭਾਦਰ ਭਾਦਰ ਕਹਿੰਦੇ ਉਹਨੂੰ, ਉਸ ਟਾਈਮ ਹੈਗਾ ਨਹੀਂ, ਉਹਨੇ ਉਹਦੇ ਸਾਹਮਣੇ ਚੱਲੀ, ਠੀਕ ਹੈ ਜੀ, ਮੇਰੇ ਦੇ ਸਾਹਮਣੇ ਚੱਲੀ, ਚਾਕੂ ਵਜਾ ਗੋਲੀ ਨਹੀਂ ਵੱਜੀ, ਇਹਨਾਂ ਦਾ ਸ਼ੁਕਰ ਹੈ।